ਰਾਜੇ ਸਲ ਨੇ ਜਲਾਦਾਂ ਨੂੰ ਹੁਕਮ ਦਿੱਤਾ ਕਿ ਪੀਰ ਮਰਾਦੀਏ ਦਾ ਸਿਰ ਵੱਢ ਕੇ ਮੇਰੇ ਕਿਲੇ ਦੀ ਨੀਂਹ ਥੱਲੇ ਦਿਓ। ਮੇਰਾ ਕਿਲਾ ਤਾਂ ਖਲੋਏਗਾ। ਜਲਾਦ ਜਾਂਦੇ ਨੇ ਅਤੇ ਪੀਰ ਮਰਾਦੀਆ ਉਹਨਾਂ ਨੂੰ ਕੀ ਆਖਦਾ ਅਤੇ ਗੁਲਾਮ ਮੁਸਤਫਾ ਜੱਟ ਪੇਸ਼ ਕਰ ਰਿਹਾ। ਉਹ ਬੋਲੇ ਪੀਰ ਮਰਾਦੀਆ ਕੀ ਆਖ ਸੁਣਾਈ, ਰੋਂਦੀ ਮਾਂ।